ਸਾਡਾ ਪਿੰਡ ਬੁਰਜਰਾਜਗੜ੍ਹ ਆ, ਚਾਰ ਬੰਦੇ ਹਾਂ ਅਸੀਂ, ਰੇਹ ਪਾਉਂਦੇ ਹਾਂ। ਆਂਦਪੁਰੋਂ ਲੁੱਟਰ ਹੈਗਾ ਨਾਈਆਂ ਦਾ ਮੁੰਡਾ ਬਈ। ਅੱਜ ਅਸੀਂ ਆਪਦੇ ਪਿੰਡ ਰੇਹ ਪਾਉਂਦੇ ਹਾਂ, ਸਾਡੇ ਪਿੰਡ ਸਿੰਬਿਆਂ ਦੇ। 10 ਵਜੇ ਰੋਟੀ ਆਈ ਆ, ਉਹ ਵੀ ਤਿੰਨ ਤਿੰਨ। ਅੱਗੋਂ ਸਾਨੂੰ ਕਹਿੰਦਾ ਵੀ ਇੰਨੀ ਕੀ ਮਿਲੂ, ਜੇ ਖਾਣੀ ਆ ਖਾਓ, ਨਹੀਂ ਖਾਣੀ ਨਾ ਖਾਓ। ਬਈ ਜਿਹੜਾ ਇਹਦੇ ਦਿਹਾੜੀ ਆਊ ਸਾਡੇ ਪਿੰਡ ਦਾ ਬੰਦਾ, ਉਹ ਭੈਣ ਚੋਦ ਹੋਊਗਾ ਪ੍ਰੀਤੂ ਕਾਣੇ ਦੇ। ਬਈ ਮਾੜਾ ਜਿਹਾ ਸੋਚ ਸਮਝ ਕੇ ਦਿਹਾੜੀ ਆਇਓ, ਜਿਹੜੇ ਆਉਂਦੇ ਆ ਉਹ ਫੁੱਦੂ ਆ, ਨਹੀਂ ਇਹਦੇ ਆਉਣਾ। ਇਹ ਅਸੀਂ ਵੀਡੀਓ ਕਿਤੇ ਊਂ ਨਹੀਂ ਪਾਈ ਗਈ, ਅਸੀਂ ਸਰਕਾਰ ਨੂੰ ਦਿਖਾਉਣਾ ਵੀ ਉਹ ਕਹਿੰਦੇ ਸਾਨੂੰ ਵੋਟਾਂ ਪਾਓ, ਵੋਟਾਂ ਪਾਓ, ਵੋਟਾਂ ਦਾ ਪਾ ਕੇ ਭੈਣ ਚੋਦੋ ਜੱਟਾਂ ਨੂੰ ਆਏ ਵੀ ਕਹਿਣ ਸਿੰਬਿਆਂ ਨੂੰ ਵੀ ਕੰਮ ਕਰਦੇ ਤੇਰੇ ਬੰਦੇ, ਇਹਨਾਂ ਨੂੰ ਰੋਟੀ ਦਾ ਟਾਈਮ ਨਾ ਆਵੇ। ਰੋਟੀ ਵੀ 10 ਵਜੇ ਆਈ ਵੀ ਭੈਣ ਚੋਦੋ ਦੋ ਦੋ ਰੋਟੀਆਂ, ਆਹ ਕਣਾਰ ਕੇ ਮੁੰਡਿਆਂ ਹੁਣੇ ਦੋ ਦੋ ਰੋਟੀਆਂ ਦਾ ਡਰਾਈਵਰ ਆ ਇੱਕ, ਉਹਦੇ ਘਰੋਂ ਰੋਟੀ ਆਈ ਤੇ ਚਾਹ ਆਈ, ਫਿਰ ਅਸੀਂ ਰੱਜ ਕੇ ਖਾਧੀ। ਆਹ ਦੇਖ ਲਓ ਬਾਈ, ਲੱਤਾਂ ਕਿਵੇਂ ਹੋਈਆਂ ਵਿਚਾਰਿਆਂ ਦੀਆਂ ਯਾਰ, ਹੈਂ ਦੱਸੋ ਹੁਣ ਕੀ ਹਾਲ ਹੋਣਾ ਚਾਹੀਦਾ ਇਹਨਾਂ ਦਾ। ਤੂੰ ਤਾਂ ਉਹ ਕਹਿਣਗੇ ਬਹੁਤ ਕੁਛ ਹੋ ਗਿਆ, ਬਹੁਤ ਕੁਛ ਹੋ ਗਿਆ, ਹੁਣ ਦੱਸੋ। ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਵੀਡੀਓ ਸਾਡੀ।